ਕੀ ਤੁਸੀਂ ਜਾਣਦੇ ਹੋ ਕਿ ਸਿੱਖ ਰੈਜੀਮੈਂਟ ਦਾ ਇੱਕ ਪੰਜਾਬੀ ਸੈਂਕੜੇ ਚੀਨੀਆਂ ਤੇ ਭਾਰੀ ਪਿਆ ਸੀ? ਇਹ ਗੱਲ ਹੈ ਭਾਰਤ ਚੀਨ ਯੁੱਧ 1962 ਦੀ। ਉਦੋਂ ਚੀਨੀਆਂ ਨੇ ਭਾਰਤ ਤੋਂ ਛੁਪ ਕੇ ਯੁੱਧ ਦੀ ਤਿਆਰੀ ਕਰ ਲਈ ਤੇ ਅਰੁਣਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਤੇ ਕਬਜ਼ਾ ਕਰਨਾ ਚਾਹਿਆ ਸੀ, ਪਰ ਭਾਰਤੀ ਸੈਨਾ ਨੂੰ ਤਾਂ ਯੁੱਧ ਦਾ ਅੰਦਾਜ਼ਾ ਵੀ ਨਹੀਂ ਸੀ। ਉਲਟਾ ਭਾਰਤੀ ਤਾਂ ਜਵਾਹਰ ਲਾਲ ਨਹਿਰੂ ਪਿੱਛੇ ਹਿੰਦੀ ਚੀਨੀ ਭਾਈ ਭਾਈ ਦਾ ਨਾਰਾ ਲਗਾ ਰਹੀ ਸੀ, ਪਰ ਚੀਨੀਆਂ ਨੇ ਇੱਕਦਮ ਹਮਲਾ ਕਰ ਦਿੱਤਾ। ਹੈਰਾਨੀ ਵਾਲੀ ਗੱਲ ਉਦੋਂ ਹੋਈ ਜਦੋਂ ਭਾਰਤ ਚੀਨ ਬਾਰਡਰ ਬੁਮਲਾ ਪਾਸ ਤੇ ਸਿੱਖ ਰੈਜੀਮੈਂਟ ਦੇ ਸਿਰਫ 20 ਜਵਾਨਾਂ ਨੇ ਲਗਭਗ 600 ਤੋਂ ਵੀ ਜ਼ਿਆਦਾ ਚੀਨੀਆਂ ਦੀ ਵੱਡੀ ਫੌਜ ਦੇ ਹੌਸਲੇ ਤੇ ਪਾਣੀ ਫੇਰਿਆ, ਕਿਉਂਕਿ ਇਹਨਾਂ ਦੀ ਅਗਵਾਈ ਕਰ ਰਹੇ ਸੀ ਸੂਬੇਦਾਰ ਜੁਗਿੰਦਰ ਸਿੰਘ। ਜਦੋਂ ਇਹਨਾਂ ਕੋਲ ਗੋਲੀਆਂ ਖਤਮ ਹੋ ਗਈਆਂ ਤਾਂ ਵੀ ਇਹਨਾਂ ਨੇ ਬਹੁਤ ਸਾਰੇ ਚੀਨੀਆਂ ਨੂੰ ਮਾਰ ਦਿੱਤਾ ਸੀ। ਇਹ ਵੀਡੀਓ ਦੇ ਚੈਨਲ ਦੇ ਨੇਮ ਹੇਠਾਂ ਇਸ ਤਰ੍ਹਾਂ ਦਾ ਨਿਸ਼ਾਨ ਆ ਰਿਹਾ ਹੈ, ਉਸ ਤੇ ਟੱਚ ਕਰਕੇ ਪੂਰੀ ਵੀਡੀਓ ਦੇਖੋ।